ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਤੇਜਾ ਸਿੰਘ ਵਾਲਾ, ਕੋਟ ਜਸਪਤ ਰਾਏ ਅਤੇ ਤਹਿਸੀਲ ਅਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ। ਬਿਲਕੁਲ ਮਾਣੋ ਚਾਲ ਅਤੇ ਡਾਲੇ ਕੇ ਪਿੰਡ ਥੋੜ੍ਹੀ ਥੋੜ੍ਹੀ ਦੂਰੀ 'ਤੇ ਹੈਗਾ, ਇੱਕ ਪਾਸੇ ਬਾਕੀਪੁਰ ਪਿੰਡ ਥੋੜ੍ਹੀ ਦੂਰੀ ਆ, ਅਤੇ ਜੀਓ ਬਾਲਾ ਵੀ ਜਿਹੜੀ ਦੋਸਤੋ ਜੀਓ ਬਾਲਾ ਪਿੰਡ ਦੀ ਵੀ ਥੋੜ੍ਹੀ ਦੂਰੀ ਹੈਗੀ ਆ ਇਸ ਪਿੰਡ ਤੋਂ। ਤਰਨ ਤਾਰਨ ਸਾਹਿਬ ਤੋਂ ਦੋਸਤੋ ਜਦੋਂ ਆਪਾਂ ਆਉਂਦੇ ਤਾਂ ਬਿਲਕੁਲ ਤੁਸੀਂ ਜਿਹੜਾ ਰੋਡ ਇਹ ਅੱਗੇ ਗੱਗੋ ਬੂਹਾ, ਬਿਲਕੁਲ ਉਹਨੂੰ ਵੀ ਅੱਗੇ ਗੱਗੋ ਬੂਹੇ ਨੂੰ ਵੀ ਚਲਾ ਜਾਂਦਾ ਰੋਡ। ਇਸ ਕਰਕੇ ਦੋਸਤੋ ਬਿਲਕੁਲ ਤੁਸੀਂ ਜਿਹੜੀ ਆ ਖਾਸ ਵਿਜਿਟ ਆ ਪਿੰਡ ਕੋਟ ਜਸਪਤ ਕਰਨੀ ਹੈਗੀ ਆ, ਠੀਕ ਆ ਜੀ। ਅਤੇ ਅੱਜ ਪਹਿਲੀ ਵੀਡੀਓ ਹੈਗੀ ਆਪਣੀ ਇਸ ਘਰ ਤੋਂ, ਪਹਿਲੀ ਵੀਡੀਓ ਆ। ਦੋ ਨਗਦ ਖਾ ਦਾਂਗੇ, ਇੱਕ ਪਹਿਲਣ ਝੋਟੀ ਆ, ਇੱਕ ਤੀਜੇ ਸੂਬੇ ਬਿਲਕੁਲ ਮੱਝ ਸੂਈ ਆ। ਪ੍ਰੋਪਰ ਦੋਨਾਂ ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ, ਠੀਕ ਆ ਜੀ। ਬਿਲਕੁਲ ਤਾਜ਼ੇ ਸੋਏ ਸੋਏ ਪਸ਼ੂ ਆ। 25 ਸਤੰਬਰ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਤੁਸੀਂ ਨੋਟ ਕਰ ਲਓ ਜੀ, ਮੋਰਨਿੰਗ ਦੇ ਕੋਈ 10 ਕੁ ਵਜੇ ਦਾ ਸਮਾਂ ਹੈਗਾ, ਠੀਕ ਆ ਜੀ। ਸੋ ਆਜੋ ਲੈਂਦੇ ਹਾਂ ਪੂਰੀ ਡਿਟੇਲ ਕੀ ਦੋਸਤੋ ਇਹਨਾਂ ਦੀ ਇਨਫੋਰਮੇਸ਼ਨ ਹੈਗੀ ਆ ਪਸ਼ੂਆਂ ਦੀ, ਠੀਕ ਆ, ਕੀ ਡਿਟੇਲ ਆ, ਪੂਰੀ ਗੱਲਬਾਤ ਕਰਦੇ ਹਾਂ ਆਪਾਂ ਵੀਰ ਦੇ ਨਾਲ, ਪੁੱਛ ਲੈਂਦੇ ਹਾਂ। ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ ਵੀਰ ਜੀ, ਕੀ ਹਾਲ ਚਾਲ? ਠੀਕ ਠਾਕ, ਬਹੁਤ ਵਧੀਆ ਜੀ। ਹਾਂਜੀ ਵਧੀਆ ਜੀ ਵਧੀਆ। ਅੱਛਾ, ਇੱਕ ਵੀਰ ਜੀ ਆਪਣਾ ਨਾਮ ਜ਼ਰੂਰ ਦੱਸ ਦਈਏ ਜੀ। ਮੇਰਾ ਨਾਮ ਵੀਰ ਜੀ ਗੁਰਵਿੰਦਰ ਸਿੰਘ ਗਗਨ ਆਉਂਦੇ ਸਾਰਾ। ਗੁਰਵਿੰਦਰ ਸਿੰਘ ਗਗਨ, ਹਾਂਜੀ। ਅੱਛਾ ਗਗਨ ਵੀਰੇ, ਜਿੱਦਾਂ ਕਿ ਪਿੰਡ ਤੇਜਾ ਸਿੰਘ ਵਾਲਾ ਪੈ ਗਿਆ ਆਪਣਾ ਖਾਸ। ਹਾਂਜੀ ਹਾਂਜੀ, ਤੇਜਾ ਸਿੰਘ ਵਾਲਾ ਉਹਦਾ ਕੋਟ ਜਸਪਤ ਆ ਤੇ ਪਰਵਾਈ ਦਾ ਤੇਜਾ ਸਿੰਘ ਵਾਲਾ। ਤੇਜਾ ਸਿੰਘ ਵਾਲਾ, ਹਾਂਜੀ। ਤੇ ਜਦੋਂ ਆਪਾਂ ਤਰਨ ਤਾਰਨ ਸਾਹਿਬ ਤੋਂ ਆਉਂਦੇ ਹਾਂ ਕਿੰਨੀ ਕੁ ਦੂਰੀ ਹੋ ਗਈ? ਇਹ ਆਪਾਂ ਨੂੰ ਤਰਨ ਤਾਰਨ ਤੋਂ 7 ਕਿਲੋਮੀਟਰ ਗੱਗੋ ਬੂਹਾ ਰੋਡ 'ਤੇ ਆ ਜੀ। ਗੱਗੋ ਬੂਹਾ ਰੋਡ 'ਤੇ, ਹਾਂਜੀ, ਠੀਕ ਆ ਜੀ। ਤੇ ਜਿੱਦਾਂ ਕਿ ਨਾਲ ਪਿੰਡ ਵੀ ਆ ਰਹਿ ਗਏ ਬਾਕੀਪੁਰ। ਹਾਂਜੀ, ਬਾਕੀਪੁਰ ਆ, ਜੀਓ ਵਾਲਾ ਵਾ, ਜਮਸਤਪੁਰ ਆ, ਜੀਓ ਵਾਲਾ ਅੱਗੇ ਆਉਂਦਾ ਜਦੋਂ ਆਪਾਂ ਪਲਾ ਉਧਰੋਂ ਤਰਨ ਤਾਰਨ ਤੋਂ ਆਈਏ, ਪਲਾ ਸੌਰ ਲੰਘ ਕੇ ਅੱਗੇ ਮੋੜ ਆਉਂਦਾ ਗੁਰਦੁਆਰੇ ਵਾਲਾ, ਉਹ ਮੋੜ ਮੁੜ ਕੇ ਨਕਾਸੂ ਆਉਂਦਾ, ਨਕਾਸੂ ਲੰਘ ਕੇ ਆਪਣਾ ਪਿੰਡ ਆ ਜੀ। ਠੀਕ ਆ ਜੀ, ਹਾਂਜੀ ਹਾਂਜੀ, ਠੀਕ ਆ। ਤੇ ਗਗਨ ਬਾਈ, ਪਸ਼ੂ ਵਪਾਰ ਦਾ ਕੰਮ ਹੀ ਆ? ਹਾਂਜੀ ਹਾਂਜੀ ਵੀਰ ਜੀ। ਤੇ ਪਸ਼ੂ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਹੀ ਆਉਂਦੇ ਆ ਜਾਂ ਪਹਿਲਾਂ? ਹਾਂਜੀ, ਰੂਟੀਨ ਦੇ ਵਿੱਚ ਹੀ ਜੀ। ਪਹਿਲਾਂ ਤੁਸੀਂ ਦੱਸਿਆ ਸੀ ਵੀ ਕੰਮ ਕੀਤਾ? ਪਹਿਲਾਂ ਕੀਤਾ ਸੀ ਜੀ, ਮੁੜ ਕੇ ਮੈਂ ਬਾਹਰ ਚਲੇ ਗਿਆ। ਅੱਛਾ, ਤੇ ਹੁਣ ਆਣ ਕੇ ਫਿਰ ਪਸ਼ੂ ਲਈਦੇ ਆ ਤੇ ਫਿਰ ਕੰਮ ਦੁਬਾਰਾ ਚਾਲੂ ਕੀਤਾ, ਦੁਬਾਰਾ ਤੋਂ ਸਟਾਰਟ ਕਰ। ਹਾਂਜੀ ਹਾਂਜੀ, ਠੀਕ ਆ। ਤੇ ਅੱਜ ਪਸ਼ੂ ਆਪਾਂ ਦੋ ਦਿਖਾ ਦਈਏ? ਹਾਂਜੀ, ਦੋ ਪਸ਼ੂ ਹੈ, ਦੋਵੇਂ ਤਾਜ਼ੇ ਸੂਏ। ਹਾਂਜੀ, ਤਾਜ਼ੇ ਸੂਏ ਜੀ। ਓਕੇ, ਤੇ ਪਹਿਲੇ ਨੰਬਰ ਤੋਂ ਵੀਰ ਗਗਨ ਇੱਥੋਂ ਸਟਾਰਟ ਕਰ ਲਈਏ, ਮੱਝ ਕਿੰਨਵੇਂ ਸੂਏ ਸੂਈ ਆ ਤੇ ਟਾਈਮ ਕਿੰਨਾ ਕੁ ਹੋ ਗਿਆ ਸੂਈ ਨੂੰ? ਵੀਰ ਜੀ, ਇਹ ਤੀਜੇ ਸੂਏ ਸੂਈ ਆ। ਹਾਂਜੀ, ਇਹਨੂੰ 12-13 ਦਿਨ ਹੋ ਗਏ ਆ, 14-15 ਮੰਨ ਕੇ ਚਲੋ, 12-13 15 ਤੋਂ ਅੰਦਰ ਹੀ ਆ, ਬਾਹਰ ਨਹੀਂ ਹੋਏ ਜੀ, ਅਜੇ ਮੇਲੇ 'ਤੇ ਨਹੀਂ ਚੱਲੀ ਮੈਂ ਜੀ। ਠੀਕ ਹੈ ਜੀ, ਹਾਂਜੀ, ਹਜੇ ਮੇਲੇ ਤੋਂ ਦੋਸਤੋ ਸ਼ੁਰੂ ਨਹੀਂ ਹੋਏਗੀ, 15-14 ਕੁ ਦਿਨ ਦਾ ਜਿਹੜਾ ਸਮਾਂ ਹੋ ਗਿਆ, ਠੀਕ ਆ। ਤੇ ਤੀਜਾ ਸੂਆ ਜਿਹੜੀ ਇਹ ਮੱਝ ਸੂਈ ਆ, ਠੀਕ ਆ। ਹਾਂਜੀ, ਤੇ ਮਗਰ ਬੱਚਾ ਇਹਦੇ ਕੀ ਹੈ ਜੀ? ਮਗਰ ਮੇਲ ਕਾਫ ਆ ਜੀ ਇਹਦੇ, ਮੇਲ ਕਾਫ ਆ। ਹਾਂਜੀ, ਆ ਜਿਹੜਾ ਪਹਿਲੇ ਨੰਬਰ 'ਤੇ? ਹਾਂਜੀ, ਪਹਿਲੇ ਨੰਬਰ ਆ, ਮੇਲ ਕਾਫ ਆ, ਠੀਕ ਆ ਜੀ। ਸੂਆ ਦੋਨੇ ਮੱਝ ਝੋਟੀ ਦਾ ਜਿਹੜਾ ਦੋਸਤੋ ਸੂਆ ਇੱਥੇ ਇੱਥੇ ਹੈਗਾ, 15-15, 14-14 ਦਿਨਾਂ ਦਾ, ਇਹ ਜਿਹੜਾ ਮੇਲ ਕਾਫ ਆ, ਦੇਖੋ ਜੀ, ਠੀਕ ਆ। ਅੱਛਾ ਗਗਨ ਭਾਈ, ਕਿੰਨਾ ਹੁਣ ਦੁੱਧ ਦਾ ਕੀ ਰਿਕਾਰਡ ਹੈਗਾ ਥੱਲੇ? ਵੀਰ ਜੀ, ਦੁੱਧ ਇਹਦੇ ਥੱਲੇ ਹੋਊਗਾ 11-12 ਕਿਲੋ, ਪਰ ਆਪਾਂ 10 ਕਿਲੋ ਆਖਾਂਗੇ। 10 ਕਿਲੋ, ਹਾਂਜੀ, ਠੀਕ ਆ ਜੀ। 10 ਕਿਲੋ ਦੀ ਗਾਰੰਟੀ ਦੇਵਾਂਗੇ, ਜਿਹੜਾ ਮਰਜ਼ੀ ਵੀਰ 2-3 ਡੰਗ ਚਵਾਈ ਕਰਕੇ ਖੜ ਸਕਦਾ ਜੀ ਆਪਣੇ। ਠੀਕ ਆ, ਤੇ ਚਵਾ ਪਸਮਾ ਕਿਵੇਂ? 1 ਨੰਬਰ ਜੀ। ਠੀਕ ਆ, ਕੋਈ ਭੂਰ ਛੱਟਾ ਕਿਸੇ ਨਾ, ਕੋਈ ਨਹੀਂ, ਕਿਸੇ ਗੱਲ ਦੀ ਨਹੀਂ ਕੋਈ। ਠੀਕ ਆ, ਹਾਂਜੀ। ਲਓ ਵੀ ਦੋਸਤੋ, ਆ ਮੱਝ ਦੀ ਬਾਡੀ ਬਣਤਰ ਤੁਹਾਨੂੰ ਦਿਖਾ ਦਿੰਦੇ ਆ, ਫੇਸ ਕੁਆਲਿਟੀ ਵੇਖ ਸਕਦੇ ਹੋ, ਸਿੰਗਾਂ ਦੀ ਬਣਤਰ। ਹਾਂਜੀ, ਖੋਲ ਕੇ ਤੋਰੋ ਜੀ। ਤੇ ਮੱਝ ਹੈਵੀ ਆ, ਬਾਡੀ ਵੇਟ ਦੀ ਆ, ਪੂਰੀ ਵਜਨ ਵੱਟੇ ਵਾਲੀ ਆ, ਠੀਕ ਆ ਜੀ, ਵਜਨ ਲੋਡ ਪੂਰਾ ਹੈਗਾ। ਸੋ ਪਿੱਠ ਪੁੱਠੇ ਤੋਂ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਆ। ਤੇ ਦੁੱਧ ਵੈਸੇ 10 ਤੋਂ ਬਾਹਰ ਹੀ ਵੀਰ ਦੱਸ ਰਿਹਾ, ਪਰ 10 ਕਿਲੋ ਤੁਸੀਂ ਮੰਨ ਕੇ ਜਿਹੜੀ ਦੋਸਤੋ ਤਸੱਲੀ ਜਿਹੜੀ ਦੋਸਤੋ ਇਸ ਮੱਝ ਦੀ ਕਰ ਸਕਦੇ, ਜੇ 2 ਡੰਗ ਦੀ ਚਵਾਈ ਕਰ ਲਓ, 3 ਟਾਈਮ ਦੀ ਕਰ ਲਓ, ਠੀਕ ਆ। ਆਰਡਰ ਕੁਆਲਿਟੀ ਕਾਫੀ ਸੋਹਣੀ ਆ। ਸੋ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਲੰਮਾ ਤੋਰ ਕੇ ਜ਼ਰੂਰ ਦਿਖਾਵਾਂਗੇ, ਠੀਕ ਆ। ਆਹ ਦੇਖੋ ਜੀ, ਵੇਲ ਦੀ ਚੰਗੀ ਆ, ਬਾਕੀ ਉਚਾਈ ਵੀ ਸੋਹਣੀ ਆ ਮੱਝ ਦੀ, ਹਾਈਟ ਕੱਦ ਸੋਹਣਾ, ਠੀਕ ਆ ਜੀ। ਅਤੇ ਬਾਕੀ ਸਿੰਘਾਂ ਦੀ ਬਣਤਰ ਤੁਹਾਨੂੰ ਪਹਿਲਾਂ ਮੈਂ ਦੱਸਦਾ, ਥੋੜ੍ਹੇ ਜਿਹੇ ਖੁੱਲ੍ਹੇ ਹੈਗੇ ਆ ਸਿੰਘ, ਬਾਕੀ ਮੱਝ ਬਹੁਤ ਸੋਹਣੀ ਆ।
ਇੱਕ ਸਾਰ ਜਿਹੜਾ ਥਣ ਦੇ ਵਾ, ਠੀਕ ਆ। ਅਤੇ ਚੁਬਾਈ ਵੀਰ ਕਹਿੰਦਾ ਵੀ ਜਿਹੜੀਆਂ ਧਾਰਾਂ ਨੇ ਘੱਟੋ ਘੱਟ ਵੀ 10 ਤੋਂ ਬਾਹਰ ਫਿਲਹਾਲ ਤੁਸੀਂ 10 ਮੰਨ ਕੇ ਜਿਹੜਾ ਸੌਦਾ ਕਰ ਸਕਦੇ ਜੀ, ਠੀਕ ਆ ਜੀ। ਆਹ ਦੇਖੋ, ਠੀਕ ਆ ਜੀ। ਅੱਛਾ ਗਗਨ ਬਾਈ, ਕਿੰਨਾ ਕੁ ਮੁੱਲ ਕੀ ਰੱਖਿਆ ਫਿਰ ਦਾ? ਮੁੱਲ ਵੀਰ ਜੀ, ਮੁੱਲ ਕਰਾ ਲਈਏ 85,000 ਕਰਦੇ ਆ, ਪਰ ਹਾਂ ਨਾ 82,000 ਦੀ ਦਵਾਂਗੇ ਜੀ। 82 ਦੀ, ਹਾਂਜੀ। ਡਿਮਾਂਡ 85 ਹੈ? ਹਾਂਜੀ, ਡਿਮਾਂਡ 85 ਹੈ ਜੀ। ਠੀਕ ਹੈ ਜੀ। ਲਓ ਵੀ ਦੋਸਤੋ, ਡਿਮਾਂਡ ਜਿਹੜੀ ਆ 85,000 ਆ, ਲੈਣ ਦੇਣ ਜਿਹੜਾ 82,000, ਹੈ ਨਾ ਜੀ। 82,000 ਲੈਦੇ ਆ, ਠੀਕ ਆ। ਅਤੇ ਮੱਝ ਬਿਲਕੁਲ ਤਸੱਲੀ ਨਾਲ ਦੇਖ ਲਿਓ, ਇੱਕ ਵਾਰੀ ਵੀਡੀਓ ਪੂਰੀ ਦੇਖ ਲਿਓ, ਉਸ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਕਰ ਲਿਓ ਵੀਰ ਗਗਨ ਹੋਰਾਂ ਦੇ ਨਾਲ, ਠੀਕ ਆ ਜੀ। ਬਾਕੀ ਥਣ ਥੁਣ ਵਿੱਥੀ ਚੰਗੀ ਆ, ਦੇਖੋ, ਠੀਕ ਆ। ਵਿੱਥੀ ਚੰਗੀ ਆ, ਬਹਿਣੀ ਉਲਟ ਬਹਿਣੀ ਬੈਕ ਸਾਈਡ ਤੋਂ, ਹਰ ਪਾਸਿਓਂ ਤੁਸੀਂ ਤਸੱਲੀ ਨਾਲ ਦੇਖ ਲਓ, ਠੀਕ ਆ ਜੀ। ਅਤੇ ਚਵਾਈ ਇੱਕ ਨੰਬਰ ਆ, ਜੇਕਰ ਕਿਸੇ ਵੀਰ ਨੇ ਔਨਲਾਈਨ ਖਰੀਦਣਾ ਤਾਂ ਗਗਨ ਬਾਈ ਫਿਰ ਕੀ ਦੁੱਧ ਰਹੂਗਾ ਵੀ 10 ਕਿਲੋ? 10 ਕਿਲੋ ਵੀਰ ਜੀ, ਪੱਕੇ ਗਰੰਟੀ ਆ ਜੀ। ਮੰਨ ਲਓ ਵੀ ਕਿਸੇ ਵੀਰ ਨੇ ਔਨਲਾਈਨ ਖਰੀਦਣੀ ਆ, ਨਾ ਹੀ ਮੰਨ ਲਓ ਜੀ, ਵੀ ਨਾ ਹੀ ਮੰਨ ਲਓ, ਕਿਉਂਕਿ ਦੋ ਡੰਗ ਜੇ, ਕਿਉਂਕਿ ਦੁੱਧ 11-12 ਕਿਲੋ ਹੀ ਇਹਦੇ ਥੱਲੇ। ਕੋਈ ਚਵਾਈ ਵੇਖਣਾ ਚਾਹੁੰਦਾ ਦੋ ਡੰਗ, ਵੀਡੀਓ ਕਾਲ ਤੇ ਵੇਖ ਲੈ। ਹਾਂਜੀ, ਵੀਡੀਓ ਕਾਲ ਤੇ ਵੇਖ ਲੈ, ਗਰੰਟੀ ਆਪਣੀ ਚਵਾਈ ਦੀ ਪੂਰੀ, ਇੱਕ ਨੰਬਰ, ਕੋਈ ਭੂਰ ਛੱਟਾ ਨਹੀਂ, ਕੋਈ ਥਣ ਘੱਟ ਵੱਧ ਨਹੀਂ, ਠੀਕ ਹੈ ਜੀ। ਹਾਂਜੀ, ਲਓ ਵੀ ਦੋਸਤੋ, 82,000 ਦੇ ਵਿੱਚ ਜਿਹੜੀ ਆ ਤੁਹਾਨੂੰ ਇਹ ਮੱਝ ਮਿਲ ਜੂਗੀ, ਠੀਕ ਆ। ਥਣ ਲੇਵੇ ਦੀ ਸਾਫ ਆ, ਬਾਕੀ ਪਿੰਡਾ ਵੇਖ ਲਓ ਤੁਸੀਂ, ਬਿਲਕੁਲ ਪਤਲੇ ਪਿੰਡੇ ਦੀ ਆ, ਬਾਕੀ ਆਹ ਫੇਸ ਕੁਆਲਿਟੀ ਆ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਝੋਟੀ ਦਿਖਾਉਣੇ ਆ, ਝੋਟੀ ਵੀ ਬਿਲਕੁਲ ਤਾਜ਼ੀ ਸੂਈ ਆ। ਅਤੇ ਇਹ ਸੂਆ ਕਿਨਮਾ ਜੀ? ਇਹ ਵੀਰ ਜੀ ਪਹਿਲਾਂ ਆ ਜੀ, ਪਹਿਲਾਂ ਝੋਟੀ ਆ ਜੀ। ਹਾਂਜੀ, ਠੀਕ ਹੈ। ਸੈਕਿੰਡ ਨੰਬਰ 'ਤੇ ਆਪਾਂ ਜਿਹੜੀ ਤੁਹਾਨੂੰ ਆਹ ਦਿਖਾ ਰਹੇ ਹਾਂ ਝੋਟੀ, ਪਹਿਲਾਂ ਸੂਬਾ ਸੂਈ ਆ, ਇਹਨੂੰ ਸਮਾਂ ਕਿੰਨਾ ਕੁ ਹੋ ਗਿਆ? ਇਹਨੂੰ ਵੀਰ ਜੀ 12-13 ਦਿਨ ਹੀ ਹੋਏ ਆ, ਇਹ ਉਤੋਂ ਦਿਹਾੜੀ ਕੁ ਮਗਰੋਂ ਸੂਈ ਆ ਜੀ। ਠੀਕ ਆ ਜੀ। ਹਾਂਜੀ, ਮੈਲੇ ਦੇ ਵੀ ਨਹੀਂ ਚੱਲੀ ਜੀ ਅਜੇ। ਜੀ ਜੀ, ਹਾਂਜੀ। ਅਤੇ 12-12-13-13 ਦਿਨ ਦਾ ਜਿਹੜਾ ਦੋਸਤੋ ਦੋ ਮੱਝਾਂ ਝੋਟੀਆਂ ਨੂੰ ਜਿਹੜਾ ਸਮਾਂ ਹੋ ਗਿਆ, ਠੀਕ ਆ। ਅਤੇ ਆਹ ਜਿਹੜਾ ਝੋਟੀ ਦੀ ਫੇਸ ਕੁਆਲਿਟੀ ਆ, ਠੀਕ ਆ ਜੀ। ਸਿੰਘਾਂ ਦੀ ਪੰਤਰ, ਮੂੰਹ ਮੱਥਾ, ਆਹ ਕਰੋ ਚੈੱਕ ਜੀ। ਮਗਰ ਇਹਦੇ ਬੱਚਾ ਜੀ? ਮਗਰ ਇਹਦੇ ਫੀਮੇਲ ਆ ਜੀ। ਫੀਮੇਲ ਆ? ਹਾਂਜੀ। ਮਗਰ ਕੱਟੀ? ਹਾਂਜੀ, ਆਵੇ ਇੱਧਰਲੀ ਕੱਟੀ ਲਿਓ ਜੀ। ਆਹ ਮਗਰ ਕੱਟੀ ਜੇ ਫੀਮੇਲ ਕਾਫ ਆ, ਅੱਜ 12ਵੇਂ ਦਿਨ ਦੇ ਵਿੱਚ ਕੋਈ ਵੀਰ ਮੰਨ ਲਏ, ਕੋਈ 13ਵੇਂ ਦਿਨ ਦੇ ਵਿੱਚ ਮੰਨ ਲਏ, ਠੀਕ ਆ ਜੀ। ਅਤੇ ਇਹ ਮਗਰ ਕੱਟੀ ਆ। ਅਤੇ ਹੁਣ ਬਾਈ ਗਗਨ, ਹੁਣ ਮੌਕੇ ਦੀ ਗੱਲ ਕਰੀਏ ਵੀ ਕਿੰਨਾ ਦੁੱਧ ਇਹਦੇ ਥੱਲੇ ਕੀ ਚਵਾਵਾਂਗੇ? ਵੀਰ ਜੀ, ਇਹਦੇ ਥੱਲੇ ਵੀ 11-12 ਕਿਲੋ ਹੀ ਆ, ਪਰ ਇਹਦਾ ਵੀ 10 ਦੀ ਗਰੰਟੀ ਆ, 9 ਹੀ ਮੰਨੇ ਕੋਈ, ਠੀਕ ਆ ਜੀ। ਹਾਂਜੀ, ਵੀ ਜਿਹੜਾ ਬਿਲਕੁਲ ਠੰਡਾ ਕਰਕੇ, ਹਾਂਜੀ, ਠੰਡਾ ਕਰਕੇ, ਭਾਵੇਂ ਕੋਈ 2 ਡੰਗ ਚੋਵੇ 3 ਡੰਗ ਚੋਵੇ ਜੀ, ਠੀਕ ਹੈ ਭਰਾ। ਹਾਂਜੀ, ਲਓ ਵੀ ਦੋਸਤੋ, ਦੁੱਧ ਬੇਸ਼ੱਕ 10 ਤੋਂ ਬਾਹਰ ਹੀ ਆ, ਪਰ ਕੋਈ ਵੀਰ ਔਨਲਾਈਨ ਜਿਹੜਾ ਕੋਈ ਸੌਦਾ ਕਰਦਾ ਪਿਆ, ਚਾਹੇ ਕੋਈ ਘਰੇ ਵਿਜ਼ਿਟ ਕਰਦਾ, ਤਾਂ 9 ਤੋਂ ਬਾਹਰ ਜਿੰਨਾ ਵੀ ਤੁਸੀਂ ਚਵਾਈ ਕਰੋਗੇ, 10 ਹੋ ਜੇ, ਠੀਕ ਆ ਜੀ, 9:30 ਹੋ ਜੇ, ਉਹ ਕਰੋਗੇ। ਜਿਹੜਾ ਵੀਰ ਕੋਈ ਔਨਲਾਈਨ ਖਰੀਦ ਰਿਹਾ, ਉਹ ਤੁਸੀਂ 9 ਕਿਲੋ ਬਿਲਕੁਲ ਮੰਨ ਕੇ ਸੌਦਾ ਕਰ ਲਿਓ, ਠੀਕ ਆ। ਬਾਕੀ ਥਣ ਥੁਣ ਇੱਕ ਵਾਰੀ ਤੁਹਾਨੂੰ ਖੋਲ੍ਹਣ ਤੋਂ ਪਹਿਲਾਂ ਤਸੱਲੀ ਨਾਲ ਆਹ ਵਿਖਾ ਦਿੰਦੇ ਹਾਂ, ਅਤੇ ਲੰਮੀ ਤੋਰ ਕੇ ਝੋਟੀ ਆਪਾਂ ਤੁਹਾਨੂੰ ਦਿਖਾ ਦਿੰਦੇ, ਠੀਕ ਆ ਜੀ। ਪਹਿਲਾਂ ਝੋਟੀ ਸੂਈ ਆ, ਆ ਜਾਓ ਮਾੜਾ ਕੱਢ ਦਈਏ ਬਾਹਰ ਇਹਨੂੰ। ਆਹ ਦੇਖੋ ਜੀ, ਪਸ਼ੂ ਨੋਰਮਲੀ ਜਿਹੜੇ ਦੋਸਤੋ ਇਸ ਘਰੇ ਆਉਂਦੇ ਰਹਿਣਗੇ, ਕਿਉਂਕਿ ਵਪਾਰ ਦਾ ਕੰਮ ਆ, ਵਪਾਰ ਦੇ ਕੰਮ ਪਹਿਲਾਂ ਵੀ ਕਾਫੀ ਵੀਰਾਂ ਦਾ ਵੀ ਆਪਾਂ ਕਰਦੇ ਰਹੇ ਹਾਂ, ਵਿੱਚੋਂ ਕੁਝ ਕੁ ਸਟੋਪ ਲਾਤਾ ਸੀਗਾ ਬਾਹਰ ਬੂਰ ਜਾਣ ਦੇ ਕਰਕੇ, ਇੱਕ ਵਾਰੀ ਫਿਰ ਜਿਹੜਾ ਦੋਸਤੋ ਕੰਮ ਸਟਾਰਟ ਕੀਤਾ, ਠੀਕ ਆ ਜੀ। ਅਤੇ ਪਸ਼ੂ ਇਸੇ ਤਰ੍ਹਾਂ ਜਿਹੜੀਆਂ ਮੱਝਾਂ ਝੋਟੀਆਂ ਆਉਂਦੀਆਂ ਰਹਿਣਗੀਆਂ, ਤੁਸੀਂ ਆਪਦਾ ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਵੀਰ ਹੋਰਾਂ ਦੇ ਨਾਲ। ਅਤੇ ਆਹ ਵੇਖੋ ਜੀ, ਠੀਕ ਆ ਜੀ, ਅੱਛਾ ਗਗਨ ਵੀਰ, ਕੋਈ ਧਾਰਾਂ ਦਾ ਕੋਈ ਫਰਕ ਫੁਰਕ ਤੇ ਨਾ ਵੀਰ ਜੀ? ਇੱਕ ਮਾੜੀ ਜੀ ਨਾ 19-22 ਰੱਖਦੀ ਆ ਜੀ ਇੱਕ ਸਾਈਡ ਤੋਂ, ਤੇ ਪਰ ਧਾਰ ਦਾ ਕੋਈ ਫਰਕ ਨਹੀਂ ਆ, ਧਾਰਾਂ ਬਿਲਕੁਲ ਐ ਪੂਰੀਆਂ। ਲਓ ਜੀ, ਹਾਂਜੀ, ਵੀ ਦਰਮਿਆਨੀ ਜੀ ਜਿਹੜੀ ਦੋਸਤੋ ਇੱਕ ਸਾਈਡ ਬੇਸ਼ੱਕ ਵੀਰਾਂ ਦਾ ਰੱਖਦੀ ਆ, ਵੀ ਧਾਰਾਂ ਚਵਾ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਵਾਧ ਘਾਟ ਨਜ਼ਰ ਨਹੀਂ ਆਊਗੀ, ਠੀਕ ਆ।
ਤੇ ਕੋਈ ਭੂਰ ਛੱਟਾ ਇਸ ਤਰ੍ਹਾਂ ਨਾ ਵੀਰ ਜੀ ਕੋਈ ਨੀ ਬਿਲਕੁਲ ਹਾਂਜੀ ਇਹਦਾ ਲੈਣ ਦੇਣ ਫਿਰ ਕੀ ਹੋਊਗਾ ਇਹਦਾ ਵੀਰ ਜੀ ਮੁੱਲ 85,000-80,000 ਦੀ ਦੇ ਦਾਂਗੇ ਜੀ ਹਾਂ ਨਾ ਠੀਕ ਹੈ ਜੀ ਹਾਂਜੀ 80,000 ਦੀ ਦੋਸਤੋ ਜਿਹੜੀ ਹਾਂ ਨਾ ਹੋ ਜੂਗੀ ਲੈ ਦੇ ਠੀਕ ਆ ਤੇ ਝੋਟੀ ਤੁਸੀਂ ਦੇਖ ਲਈ ਆ ਥਣਾ ਥੁਣਾ ਦੀ ਵਾਹਵਾ ਜ਼ਿਆਦਾ ਸਾਫ਼ ਆ ਬਾਕੀ ਤੁਸੀਂ ਆ ਤਸੱਲੀ ਨਾਲ ਦੇਖ ਲਓ ਠੀਕ ਆ ਅਤੇ ਚਵਾਈ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਵੀ ਖਰੀਦਣੀ ਹਰ ਵਾਰ ਆਪਾਂ ਇੱਕ ਰਿਕੁਐਸਟ ਹੁੰਦੀ ਆ ਵੀ ਆਪਦੀ ਤਸੱਲੀ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਔਨਲਾਈਨ ਕੋਈ ਵੀਰ ਸੌਦਾ ਕਰ ਰਿਹਾ ਅਤੇ ਵੀਡੀਓ ਕਾਲ 'ਤੇ ਤੁਸੀਂ ਚਵਾਈ ਕਰਾ ਲਓ ਠੀਕ ਆ ਆਹ ਦੇਖ ਸਕਦੇ ਹੋ ਠੀਕ ਆ ਇਹ ਦੋ ਅੱਜ ਨਾਗ ਸੀਗੇ ਵੀਰ ਹੋਰਾਂ ਦੇ ਕੋਲ ਦੋਵੇਂ ਨਾਗ ਜਿਹੜੇ ਦੋਸਤੋ ਆਪਾਂ ਤੁਹਾਨੂੰ ਦਿਖਾਤੇ ਆ ਪ੍ਰੋਪਰ ਅਤੇ ਨੰਬਰ ਵੀਰ ਆਪਣੇ ਬੋਲ ਦੇਈਏ 9554-7754 ਜੀ ਠੀਕ ਹੈ ਜੀ ਅਤੇ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਗਗਨ ਹੋਰਾਂ ਦੇ ਆਪਾਂ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਕਰ ਦੇਣੇ ਆ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਜੇ ਗੱਲਬਾਤ ਕਰ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ